इन्हां ने पार्लीमेंट का उद्घाटन करन लग्या होर गल्लां दे नाल इह भी कोशिश कीती कि जिहड़ियां पार्टियां बाइकाट कीता, हालांकि भावें किन्ना भी गलत हुंदा होवे, मैं समझदा कि इन्हां पार्टियां नूं बाइकाट नहीं सी करना चाहीदा, उत्थे जाना चाहीदा सी। शामिल हुंदे चुपरिंदर, बाद विच पार्लीमेंट सैशन चलदा ते जाना तां उत्थे ही है, उत्थे ठोक के अपनी गल कर लैंदे, पर उद्घाटन समागम दे मौके चले जांदे हाजरी भरदे। हुण इत्थे इह शो कीता गया कि उह पार्टियां निकम्मियां, जिन्नियां कम्म दीआं पार्टियां साडे नाल ने उहनां कम्म दीआं पार्टियां च जिहड़े 2-3 साल पहलां दे टुट्टे ਸੀਗੇ ਅਕਾਲੀ, ਉਹ ਵੀ ਕੱਲ ਪਹੁੰਚ ਗਏ। ਉਹਨਾਂ ਤੇ ਮਸਾ ਹੀ ਉਹਨਾਂ ਨੂੰ ਮੌਕਾ ਲੰਬਾ ਸੀ, ਉੱਥੇ ਨੇੜੇ ਜਾਣ ਦਾ, ਲਾਗੇ ਉੱਥੇ ਕੌਣ ਲੱਗਣ ਦਿੰਦਾ ਸੀ। ਜੋ ਕੁਝ ਮੋਦੀ ਸਾਹਿਬ ਦੇ ਖਿਲਾਫ ਨਿੱਜੀ ਤੌਰ ਤੇ ਬੋਲਦੇ ਰਹੇ, ਉਸ ਤੋਂ ਬਾਅਦ ਨਰਿੰਦਰ ਮੋਦੀ ਹੋਵੇ, ਅਮਿਤ ਸ਼ਾਹ ਹੋਵੇ, ਇਹਨਾਂ ਉੱਤੇ ਲਾਗੇ ਨਹੀਂ ਸੀ ਲੱਗਣ। ਆਹ ਪਿਛਲਿਆਂ ਦਿਨਾਂ ਦੇ ਵਿੱਚ ਵੀ ਜੋ ਕੁਝ ਬੋਲਦੇ ਰਹੇ, ਫਿਰ ਜਦੋਂ ਮਨਜਿੰਦਰ ਸਿੰਘ ਸਿਰਸਾ ਇਹਨਾਂ ਨੂੰ ਛੱਡ ਕੇ ਗਿਆ, ਇਹਨਾਂ ਨੇ ਇੱਥੋਂ ਤੱਕ ਵੀ ਆਖਿਆ ਕਿ ਉਹਦੀ ਧੌਣ ਦੇ ਉੱਤੇ ਗੰਨ ਦੀ ਨੋਕ ਰੱਖ ਕੇ ਤੇ ਉਹਨੂੰ ਅਕਾਲੀ ਦਲ ਛਡਾਇਆ ਗਿਆ ਤੇ ਆਪਣੇ 'ਚ ਸ਼ਾਮਿਲ ਕੀਤਾ ਗਿਆ। ਇਹ ਹੁਣ ਭਾਜਪਾ ਦੇ ਨੇੜੇ ਜਾ ਰਿਹਾ। ਮੁਸ਼ਕਲ ਇਹਨਾਂ ਦੀ ਇਹ ਹੈ ਕਿ ਜਿਹੜੇ ਇਹਨਾਂ 'ਚੋਂ ਪਹਿਲਾਂ ਰੁੱਸ ਕੇ ਗਏ ਭਾਜਪਾ 'ਚ, ਉਹ ਵੀ ਉੱਥੇ ਬੈਠੇ, ਤੇ ਜਿਹੜੇ ਦੂਸਰੀਆਂ ਪਾਰਟੀਆਂ 'ਚੋਂ ਖੰਭ ਖਵਾ ਕੇ ਟੁੱਟੇ ਖੁੱਸੇ ਹੋ ਕੇ ਗਏ, ਉਹ ਵੀ ਉੱਥੇ ਬੈਠੇ। ਪੈਰ ਪੈਰ 'ਤੇ ਲੜਾਈ ਉੱਥੇ ਵੀ ਹੋਣੀ ਹੈ। ਜੇ ਬਠਿੰਡੇ 'ਚੋਂ ਮਨਪ੍ਰੀਤ ਬਾਦਲ ਵੀ ਉੱਥੇ ਚਲਾ ਗਿਆ ਤੇ ਸਰੂਪ ਸਿੰਗਲਾ ਵੀ ਚਲਾ ਗਿਆ, ਬਠਿੰਡੇ ਦੀ ਲੜਾਈ ਨਾਲ ਹੀ ਚਲੀ ਗਈ। ਇੱਦਾਂ ਹੀ ਪੰਜਾਬ ਤੋਂ ਗਏ 8-10 ਲੀਡਰਾਂ ਬਾਰੇ ਮੈਂ ਜਾਣਦਾ, ਉਹ ਭਾਜਪਾ 'ਚ ਗਏ ਆ। ਜਿਹੜਾ ਭਾਜਪਾ 'ਚ ਪਹਿਲਾਂ ਉਹਨਾਂ ਸ਼ਰੀਕ ਬੈਠਾ ਸੀ, ਉਹ ਵੀ ਔਖਾ, ਇਹ ਵੀ ਚਲੇ ਗਏ ਤੇ ਇਹਨਾਂ ਦੇ ਮਗਰ ਇੱਕ ਹੋਰ ਸ਼ਰੀਕ ਵੀ ਚਲਾ ਗਿਆ। ਜਿਹੜੀ ਲੜਾਈ ਪਹਿਲਾਂ ਬਾਹਰ 3 ਥਾਵਾਂ 'ਤੇ ਸੀ, ਇੱਕ ਭਾਜਪਾ 'ਚ, ਇੱਕ ਕਾਂਗਰਸ 'ਚ, ਅਕਾਲੀਆਂ 'ਚ ਹੁੰਦਾ ਸੀ, ਹੁਣ 3 ਜਦੋਂ ਉੱਥੇ ਚਲੇ ਗਏ ਤੇ ਫਿਰ ਹੋਵੇਗਾ ਕੀ? ਇਹ ਲੜਾਈ ਹੁਣ ਉੱਥੇ ਜਾ ਕੇ ਪੈ ਜਾਏਗੀ। ਉਹਦੇ 'ਚ ਹੁਣ ਅਕਾਲੀ ਉੱਥੇ ਗਏ ਆ, ਕੱਲ੍ਹ ਉੱਥੇ ਸ਼ਾਮਿਲ ਹੋ ਗਏ ਆ, ਪਰ ਅਜੇ ਉਹ ਇਹਨਾਂ ਨੂੰ ਗੱਠਜੋੜ 'ਚ ਸ਼ਾਮਿਲ ਕਰਦੇ ਕਿ ਨਹੀਂ ਕਰਦੇ? ਜੇ ਕਰਦੇ ਤੇ ਕਿਹੜੀਆਂ ਸ਼ਰਤਾਂ ਨਾਲ ਤੇ ਕਿੰਨਾ ਕੁ ਝੁਕਾ ਕੇ ਕਰਦੇ ਆ, ਇਹ ਤਾਂ ਅਗਲਾ ਸਾਲ ਦੱਸੂਗਾ। ਪਰ ਇਹ ਗੱਲ ਤੁਹਾਡੀ ਸੱਚੀ ਆ ਕਿ ਚੋਣਾਂ ਵਾਸਤੇ ਚੱਕਾ ਕੱਲ੍ਹ ਰਿੜ ਪਿਆ।